ਕਮਲ ਜੋਤ ਸਿੰਘ ਸਨ ਆਫ ਜੋਗਾ ਸਿੰਘ ਜੀ ਉਹਦੀ ਇਹ ਪੂਰੀ ਸਟੋਰੀ ਦਾ ਹੁਣ ਗਾਂ ਕਲੀਅਰ ਹੋਏਗੀ ਜਿਹੜਾ ਮੋਟੀ ਤੌਰ ਤੇ ਪਤਾ ਲੱਗਾ ਵੀ ਬਾਬੂ ਕਾਲੇ ਸਾਹਿਬ ਗਏ ਹੋਟਲ ਦੇ ਉੱਥੋਂ ਬਾਹਰ ਨਿਕਲੇ ਕਿ ਪਾਰਟੀ ਦੇ ਨਾਲ ਜੀ ਉਹ ਤੂੰ ਤੋਂ ਨਾ ਹੋਈ ਗਿਆ ਨਰੀ ਜੀ ਤੇ ਬਸ ਉਹ ਇਹ ਮਾੜੀ ਮਾੜੀ ਗੱਲ ਤੇ ਉਹਨਾਂ ਗੋਲੀ ਮਾਰ ਕੇ ਤੇ ਭਰੀ ਗਿਆ ਤੇ ਮੋਟੀ ਸਾਹਿਬ ਵਰਗੀ ਹੋਈ ਸਾਹਿਬ ਖੂਨ ਜ਼ਿਆਦਾ ਵਹਿਣ ਕਰਕੇ ਕਿੱਥੋਂ ਦੇ ਲੋਕ ਨੇ ਜਿਨ੍ਹਾਂ ਨੇ ਗੋਲੀ ਮਾਰੀ ਹੁਣ ਪੁਲਿਸ ਦੀ ਤਬਦੀਲ ਚਾਹੀਦਾ ਪੁਲਿਸ ਨਹੀਂ ਹੈ ਤਬਦੀਲ ਕਰਨ ਤਬਦੀਲ ਕਰਨ ਉਹਦਾ ਨਾਂ ਜਿਹੜੇ ਇਹਨਾਂ ਨੇ ਦਿਖਾਏ ਲਾ ਕੇ ਦੇ ਪਰ ਸਹੀ ਗੱਲ ਤੇ ਪੁਲਿਸ ਦੀ ਤਬਦੀਲ ਤੇ ਪਤਾ ਲੱਗੇਗਾ ਕਮਲ ਜੋਤ ਸਿੰਘ ਸਨ ਆਫ ਜੋਗਾ ਸਿੰਘ ਜੀ ਉਹਦੀ ਇਹ ਪੂਰੀ ਸਟੋਰੀ ਦਾ ਹੁਣ ਗਾਂ ਕਲੀਅਰ ਹੋਏਗੀ ਜਿਹੜਾ ਮੋਟੀ ਤੌਰ ਤੇ ਪਤਾ ਲੱਗਾ ਵੀ ਬਾਬੂ ਕਾਲੇ ਸਾਹਿਬ ਗਏ ਹੋਟਲ ਦੇ ਉੱਥੋਂ ਬਾਹਰ ਨਿਕਲੇ ਕਿ ਪਾਰਟੀ ਦੇ ਨਾਲ ਜੀ ਉਹ ਤੂੰ ਤੋਂ ਨਾ ਹੋਈ ਗਿਆ ਨਰੀ ਜੀ ਤੇ ਬਸ ਉਹ ਇਹ ਮਾੜੀ ਮਾੜੀ ਗੱਲ ਤੇ ਉਹਨਾਂ ਗੋਲੀ ਮਾਰ ਕੇ ਤੇ ਭਰੀ ਗਿਆ ਤੇ ਮੋਟੀ ਸਾਹਿਬ ਵਰਗੀ ਹੋਈ ਸਾਹਿਬ ਖੂਨ ਜ਼ਿਆਦਾ ਵਹਿਣ ਕਰਕੇ ਕਿੱਥੋਂ ਦੇ ਲੋਕ ਨੇ ਜਿਨ੍ਹਾਂ ਨੇ ਗੋਲੀ ਮਾਰੀ ਹੁਣ ਪੁਲਿਸ ਦੀ ਤਬਦੀਲ ਚਾਹੀਦਾ ਪੁਲਿਸ ਨਹੀਂ ਹੈ ਤਬਦੀਲ ਕਰਨ ਤਬਦੀਲ ਕਰਨ ਉਹਦਾ ਨਾਂ ਜਿਹੜੇ ਇਹਨਾਂ ਨੇ ਦਿਖਾਏ ਲਾ ਕੇ ਦੇ ਪਰ ਸਹੀ ਗੱਲ ਤੇ ਪੁਲਿਸ ਦੀ ਤਬਦੀਲ ਤੇ ਪਤਾ ਲੱਗੇਗਾ ਕਮਲ ਜੋਤ ਸਿੰਘ ਸਨ ਆਫ ਜੋਗਾ ਸਿੰਘ ਜੀ ਉਹਦੀ ਇਹ ਪੂਰੀ ਸਟੋਰੀ ਦਾ ਹੁਣ ਗਾਂ ਕਲੀਅਰ ਹੋਏਗੀ ਜਿਹੜਾ ਮੋਟੀ ਤੌਰ ਤੇ ਪਤਾ ਲੱਗਾ ਵੀ ਬਾਬੂ ਕਾਲੇ ਸਾਹਿਬ ਗਏ ਹੋਟਲ ਦੇ ਉੱਥੋਂ ਬਾਹਰ ਨਿਕਲੇ ਕਿ ਪਾਰਟੀ ਦੇ ਨਾਲ ਜੀ ਉਹ ਤੂੰ ਤੋਂ ਨਾ ਹੋਈ ਗਿਆ ਨਰੀ ਜੀ ਤੇ ਬਸ ਉਹ ਇਹ ਮਾੜੀ ਮਾੜੀ ਗੱਲ ਤੇ ਉਹਨਾਂ ਗੋਲੀ ਮਾਰ ਕੇ ਤੇ ਭਰੀ ਗਿਆ ਤੇ ਮੋਟੀ ਸਾਹਿਬ ਵਰਗੀ ਹੋਈ ਸਾਹਿਬ ਖੂਨ ਜ਼ਿਆਦਾ ਵਹਿਣ ਕਰਕੇ ਕਿੱਥੋਂ ਦੇ ਲੋਕ ਨੇ ਜਿਨ੍ਹਾਂ ਨੇ ਗੋਲੀ ਮਾਰੀ ਹੁਣ ਪੁਲਿਸ ਦੀ ਤਬਦੀਲ ਚਾਹੀਦਾ ਪੁਲਿਸ ਨਹੀਂ ਹੈ ਤਬਦੀਲ ਕਰਨ ਤਬਦੀਲ ਕਰਨ ਉਹਦਾ ਨਾਂ ਜਿਹੜੇ ਇਹਨਾਂ ਨੇ ਦਿਖਾਏ ਲਾ ਕੇ ਦੇ ਪਰ ਸਹੀ ਗੱਲ ਤੇ ਪੁਲਿਸ ਦੀ ਤਬਦੀਲ ਤੇ ਪਤਾ ਲੱਗੇਗਾ।